ਉਹਨਾਂ ਦੀ ਵਾਲਦੇ ਮੁਹਤਰਮਾ ਦੇ ਦਰਜਾਤ ਮਾਲਿਕ ਬੁਲੰਦ ਫਰਮਾਵੇ। ਸਾਮਿਨ ਮੁਹਤਰਮ, ਹੁਣ ਜਨਾਬ ਦੇ ਸਾਹਮਣੇ ਮੁਲਕ ਪਾਕਿਸਤਾਨ ਦੀ ਨਾਮਰ ਸ਼ਖਸੀਅਤ ਕਾਰੀ ਉਲ ਕਸਾਇਦ, ਖਜ਼ੀਨਤ ਉਲ ਕਸਾਇਦ, ਆਬਰੂ ਕਸੀਦਾ, ਵਾਕਿਫ ਰਮੋਜ ਕਸਾਇਦ, ਜ਼ਾਕਰੀ ਦੁਨੀਆ ਦਾ ਬਹੁਤ ਬੜਾ ਨਾਮ, ਕਸੀਦਾ ਖਾਨੀ ਦੀ ਦੁਨੀਆ ਦਾ ਬਹੁਤ ਬੜਾ ਨਾਮ, ਮੁਸਵਰ ਗਮ ਬਿਰਾਦਰ ਮੁਹਤਰਮ, ਗਮ ਕੇ ਬੇਰੇ ਬੇਕਰਾਮ ਰੱਖਾ ਦਰਦ ਬੜਾ ਮਸਾਇਦ, ਸਾਈਆਂ ਦੇ ਇਸਦਾਨ ਮਦਾ ਖਾਨ, ਜਨਾਬ ਜ਼ਵਾਰ ਮਲਿਕ ਨਾਹੀਦ ਅੱਬਾਸ ਜੱਜ ਸਾਹਿਬ ਆਫ ਲਾਲ ਇਸਮ ਕਰੋੜ, ਇਹਨਾਂ ਦੇ ਫੌਰਨ ਬਾਅਦ ਅਰਫੇ ਆਖਰ ਤੇ ਮੁਲਕ ਪਾਕਿਸਤਾਨ ਦੇ ਨਾਮਰ ਮਸੈਫ ਖਾਨ, ਸੈਯਦ ਉ ਜ਼ਾਕਰੀਨ, ਯਾਦਗਾਰ ਅਸਲਾਫ, ਗਮ ਕੇ ਬੇਰੇ ਬੇਕਰਾ, ਅਜ਼ੀਮ ਬਾਪ ਦੇ ਅਜ਼ੀਮ ਬੇਟੇ ਇੱਜ਼ਤ ਮਾਪ, ਜਨਾਬ ਸੈਯਦ ਔਨ ਸਾਬਿਰ ਬੇਅਲ, ਉਹ ਖਿਤਾਬ ਫਰਮੇਸ਼ਨ ਬਲਾਜ਼ਮਤ ਅਲ ਮੁਹੰਮਦ ਬਾਵਾ ਸੇ ਬਲੰਤਰ ਸਲਾਵਾ ਜਾਜਾ ਤੇ ਵਦਾ ਦੁਆ ਮੰਗਣਾ ਕਦੇ ਸੁਣ ਸੇ ਰੱਬ ਫਰਿਆਦੇ, ਛਲ ਜਿਨ ਮੇਰੀ ਹੱਥ ਨਿਕਲੇ ਜਿੱਥੇ ਰੁਣਾ ਰਸਾ ਜਾ ਦੇ, ਭਾਈ ਮੋਮਨੋ ਮੈਂ ਸਈਆ ਦਾ ਸ਼ੌਕਤ ਛਲ ਬੇਟਾ, ਤੁਸਾਂ ਮੇਰੇ ਅੱਗੋਂ ਜਾਣਦੇ ਆ ਮੇਰਾ ਅੱਬੂ ਫੌਤ ਹੋ ਗਿਆ, ਸ਼ਾਮ ਦਾ ਟਾਈਮ ਹੈ ਮੈਂ ਗੋਜਰੇ 'ਚ ਆਇਆ ਉਹਦਾ, ਮੇਰਾ ਕੋਈ ਨਹੀਂ ਕਮਾਉਣ ਵਾਲੇ ਛੋਟੇ ਛੋਟੇ ਭੈਣਾਂ ਛੋਟੇ ਛੋਟੇ ਭਾਈ ਹੈ, ਯਤੀਮ ਨੂੰ ਮਦਦ ਕਰ ਛੋੜਿਆ, ਗਰੀਬ ਜਾਏ ਦੁਆ ਦਿਸੈ ਮੌਲਾ ਹੁਸੈਨ ਤੁਹਾਨੂੰ ਪਾਉਂਦੇ ਸੀ, ਯਤੀਮ ਦੀ ਮਦਦ ਕਰ ਛੋੜੇ ਮਿਹਰਬਾਨੀ। ਪੰਜ ਦੁਆਵਾਂ ਮੰਗਾਵਣਾ ਚਾਹੁੰਦਾ, ਪੰਜ ਜਿਹੜੇ ਮੰਗਣਾ ਆਇਓ ਹੱਥ ਉੱਚ ਕਰੋ, ਚ ਸਾਰੇ ਕਰੋ, ਚ ਸਾਰੇ, ਵੱਡੀ ਰਾਤ ਹੈ ਨਾ ਜੀ, ਮੰਗਣ ਦੀ ਰਾਤ ਹੈ ਨਾ, ਬੋਲੇਂਦੇ ਕਿਉਂ ਨਹੀਂ ਵੇ, ਪਿੰਡਾਂ ਦੀ ਰਾਤ ਹੈ ਨਾ। ਪੰਜ ਦੁਆਵਾਂ ਤੁਹਾਡੇ ਵਾਸਤੇ, ਪਹਿਲੀ ਦੁਆ ਲਾਲ ਮੁਹੰਮਦ ਤੁਸਾਂ ਸਾਰਿਆਂ ਕੋ ਜ਼ਵਾਰ ਬਣਾਵੇ, ਸੋਹਣੀ ਆਮੀਨ ਆਖੀਵੇ, ਇਵੇਂ ਥੋੜ੍ਹੀ ਜਿਹੀ ਉੱਚੀ ਆਮੀਨ ਆਖੋ ਤਾਂ ਇੱਕ ਦੁਆ ਬਹੁਤ ਵੱਡੀ ਮੰਗਣਾ ਚਾਹੁੰਦਾ, ਮੇਰਾ ਅੱਲਾ ਤੁਸਾਂ ਮੋਮਨੀਨ ਦੀਆਂ ਪਰੇਸ਼ਾਨੀਆਂ ਦੂਰ ਫਰਮਾਵੇ, ਸੋਹਣੀ ਆਮੀਨ ਆਖੀਵੇ, ਥੋੜ੍ਹੀ ਥੋੜ੍ਹੀ ਆਮੀਨ ਵਧੇਂਦੇ ਆਓ। ਮੈਂ ਤ੍ਰੀਜੀ ਦੁਆ ਮੰਗਣਾ ਚਾਹੁੰਦਾ, ਅੱਲਾ ਆਲੇ ਮੁਹੰਮਦ ਤੁਹਾਡੇ ਬੱਚਣਾਂ ਨੂੰ ਰੋਜ਼ਗਾਰ ਅਤਾ ਫਰਮਾਵੇ। ਦੇਖੋ ਕਿਹੜੀਆਂ ਵੱਡੀਆਂ ਵੱਡੀਆਂ ਦੁਆਵਾਂ ਜਨਾਬ ਦੀ ਖਾਤਰ ਮੰਗਣਾ ਚਾਹੁੰਦਾ। ਮੈਂ ਇੱਕ ਹੋਰ ਦੁਆ ਮੰਗਣਾ ਚਾਹੁੰਦਾ, ਜ਼ਿਕਰ ਵਾਲਿਆਂ ਦਾ ਸਦਕਾ ਕਾਇਨਾਤ ਦਾ ਖਾਲਿਕ ਮਾਲਿਕ ਮੋਮਨੀਨ ਦੀ ਆਂਧੀਆਂ ਦੇ ਮੁਕੱਦਰ ਚੰਗੇ ਕਰੇ। ਲਓ ਬਈ ਮੈਂ ਚਾਰ ਦੁਆਵਾਂ ਮੰਗਦੀਆਂ, ਪਿਆਰੀਆਂ ਪਿਆਰੀਆਂ ਦੁਆਵਾਂ ਮੰਗੀਆਂ ਤੁਸਾਂ, ਸੋਹਣੀ ਸੋਹਣੀ ਆਮੀਨ ਆਖੀ, ਦੁਆ ਮੰਗਦਾ ਪਿਆ ਆਖਰੀ ਛੇਕੜੀ ਅਖੀਰੀ ਦੁਆ, ਵੱਡੀ ਰਾਤ ਵੱਡੀ ਜੀ, ਮਜਮਾ ਵੱਡਾ, ਆਮੀਨ ਇੱਥੇ ਆਉਣੀ ਚਾਹੀਦੀ, ਆਖਰੀ ਦੁਆ ਹੈ, ਵਾਜਬ ਨਹੀਂ ਔਜਬ ਦੁਆ ਹੈ, ਇਸ ਦੁਆ ਦੀ ਜ਼ਰੂਰਤ ਹੈ ਬਈ, ਸਜੇ ਖਬੇ ਨਹੀਂ, ਆਖਰੀ ਦੁਆ, ਸੋਹਣਾ ਅੱਲਾ ਵਾਰਿਸੇ ਹਕੀਕੀ ਇਮਾਮ ਜ਼ਮਾਨਾ ਅਲੈਹ ਸਲਾਮ ਦਾ ਹੁਣੇ ਜ਼ਹੂਰ ਫਰਮਾ, ਆਮੀਨ ਯਾ ਰੱਬਲ ਆਲਮੀਨ। ਜਿਤਨਾ ਜ਼ਹਿਨਾਂ ਦੇ ਵਿੱਚ ਇਮਾਮ ਰਜ਼ਾ ਅਲੈਹ ਸਲਾਮ ਦੀ ਅਜ਼ਮਤ ਬੁਲੰਦ ਹੈ, ਮੌਸਮ ਦਾ ਮੁਕਾਬਲਾ ਕਰਕੇ ਉਤਰੀ ਬੁਲੰਦ ਸਲਵਾਤ ਹੋ ਸਕਦੀ ਹੈ, ਅੱਲਾਹੁਮਾ ਸੱਲੇ ਅਲਾ ਮੁਹੰਮਦਿਨ ਵਅਲੀ ਮੁਹੰਮਦ। ਪੂਰਾ ਮਜਮਾ ਜ਼ਿੰਦਾਬਾਦ, ਪੂਰਾ ਪਿੰਡਾਲ ਜ਼ਿੰਦਾਬਾਦ, ਜੇਰੇ ਬੋਲਣ ਜ਼ਿੰਦਾਬਾਦ, ਜੇਰੇ ਨਹੀਂ ਬੋਲੇ ਜ਼ਿੰਦਾਬਾਦ। ਸਵਾਲ ਤਾਂ ਕਰ ਸਕਦੇ ਹੋ ਨਾ ਮੇਰੇ ਤੇ, ਜੇਰਾ ਬੋਲੇ ਉਹ ਵੀ ਜ਼ਿੰਦਾਬਾਦ, ਉਹ ਤਾਂ ਜ਼ਿੰਦਾਬਾਦ ਕਿਉਂਕਿ ਬੋਲਦਾ ਬੈਠੇ, ਜੇਰਾ ਨਹੀਂ ਬੋਲੋ ਕਿਵੇਂ ਜ਼ਿੰਦਾਬਾਦ। ਅਰੇ ਭਾਈ, ਇਹ ਮਜਲਿਸ ਰਜ਼ਾ ਹੈ ਔਰ ਯਹਾਂ ਤੋਂ ਸਾਂਸ ਲੈਣਾ ਵੀ ਇਬਾਦਤ ਹੈ। ਸ਼ਾਬਾਸ਼ 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 ਸ਼ਾਬਾਸ਼, ਜ਼ਿੰਦਾਬਾਦ ਮਜਮਾ, ਪੂਰਾ ਪਿੰਡਾਲ ਜ਼ਿੰਦਾਬਾਦ। ਯਾਦ ਰੱਖਾਏ, ਇਹ ਜ਼ਿਕਰ ਕੋਈ ਮੌਸਮਾਂ ਦਾ ਮੁਹਤਾਜ ਹੈ? ਬੋਲੋ ਨਾ ਬਾਬਾ, ਨਹੀਂ ਨਾ, ਚੁੱਪ ਜੋ ਕਰ ਗਏ ਹੋ, ਬਾਰਿਸ਼ ਜੋ ਆਈਏ ਮਜਲਿਸ ਕੋਣੀ ਹੁੰਦੀ ਪਈ, ਜ਼ਿੰਦਾਬਾਦ ਮੇਰਾ ਬਾਬਾ, ਹੁੰਦੀ ਪਈ ਹੈ ਨਾ। ਸਾਬਰ ਜਿਵੇਂ ਬਜ਼ੁਰਗ ਬੋਲਣ ਤੇ ਜਵਾਨ ਉਬਾਸੀਆਂ ਭਰਨ, ਉਹਨਾਂ ਸਰਫਰਾਜ਼ ਨਾ ਛੱਡਾ, ਬੋਲੋ ਭਾਈ, ਓ ਲਾਲਾ ਬਿਸਮਿਲ੍ਲਾ ਕਰਾਂ, ਸਰ ਮਿਹਰਬਾਨੀ, ਸ਼ੁਕਰੀਆ ਇੰਤਜ਼ਾਰਾਂ ਦਾ, ਬੜੀ ਬੜੀ ਮਿਹਰਬਾਨੀ, ਆਓ ਸਰ ਬਿਸਮਿਲ੍ਲਾ। ਅੱਛਾ ਜੀ, ਖੈਰ ਹੋ ਜੀ, ਸੈਯਦਾਦੇ ਦੀ ਆਮਦ ਤੇ ਖੂਬਸੂਰਤ ਸਲਵਾ, ਅੱਲਾਹੁਮਾ ਸੱਲੇ ਅਲਾ ਮੁਹੰਮਦਿਨ ਵਅਲੀ ਮੁਹੰਮਦ। ਬਜ਼ੁਰਗ ਜ਼ਾਕਿਰ ਸੁਲਤਾਨ ਉਲ ਜ਼ਾਕਰੀਨ ਆਲੀ ਜਨਾਬ ਬਾਬਾ ਸੈਯਦ ਸਾਬਰ ਹੁਸੈਨ ਸ਼ਾਹ ਸਾਹਿਬ ਦੀ ਨਿਸ਼ਾਨੀ, ਬਲਕਿ ਚੜ੍ਹਦੀ ਜਵਾਨੀ, ਹਰ ਜ਼ਾਕਿਰ ਦੇ ਮੋਹਸਨ ਸਾਬਿਰ, ਅੱਲਾ ਅਲੇ ਮੁਹੰਮਦ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ। ਮੇਰਾ ਦਿਲ ਚਾਹੁੰਦਾ ਹੈ ਮੈਂ ਤੁਹਾਡੀ ਚੁੱਪ ਤਰੋੜਾਂ, ਤਾਂ ਕਿ ਬਾਕੀ ਜਿਹੜਾ ਮਜਲਿਸ ਦਾ ਹਿੱਸਾ ਹੈ
خوبصورت ہو جائے. اچھا گال چلدی پئی وے بزرگ واہ واہ کرن بزرگ نعرے مارن تے جوان تر تر کے دیکھن کی خیال ہے کوئی چنگی گال ہے. آل محمد جس طرح بانیاں دے انتخاب کر دین نا اسی طرح مومنین دے بھی رتبے میں ایک مثال دے ماں بھائی یہ زبانوں دے بھی رتبے نا کوئی دکان تے بولیں دیئے کی خیال ہے کوئی مکان تے خوش نصیب و زبان ہے جی ذکر آل محمد اچ بولے جائیں واہ واہ کی اس میرے احسان کیتا ہے میں صدقے 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 پورا پنال دین آباد ہے میں بسم اللہ کروں تاری زندگی ہوئے آباد و شاد رہو زندہ و سلام میسا میں تمار وڈا شیئے جا تو ساں بولو خال لالا انہیں دچو پڑے سے لیے وڈے جنہیں نا تو سمڈے شیئے ہو نکی جائیں بارش ہے یہ زمین مل گئیں ملوم تھیندہ کوئی تک بلہا گئے تو بلا چاوے سی تو وڈا شیئے تو وڈا شیئے کو نے نراضی نہ تھی میں قرآن دے قسم وڈا شیئے تا میسا میں تمہارے اللہ دا بندہ بارش ہے یہ تو زمین کو مل گئے نارے نہیں مرے دا کوئی نارا مراوے تا نالا لے علی پاسے دے دیں میسا میں تمہارے کو میرے لکھا سلام نے کٹی زبان دے نال دشمنہ دے ہوئی چادہ کھڑے علی حق کے میں کوئی ہاتھ رکھا ہو جا تو رہتا ہوں سلام تا کرنا چاہ یار ایک دبا بولو علی نہیں یار تو رہتا ہوں بسم اللہ کرنا بھائی مدین شابش بھائی ایک دبا بولو علی آکھو چاہا کے علی چلو ٹھیک ہے لالے میں میرے نال تا تھی پو تو آرے حاکے ہر نماز ہی دعا کرے سا تو سم بولنے علی اے اتھا کر کے بولو علی ہون تو سی بولو علی جے علی حق کے تا میرے حق بندے تیرے حق بندے میں حق بیان کر رہا ہوں تو حق سن کے تے زمین نمال تے بول میرے نال میں ادا پیم میرے علی نے میرا ہرگز خیال رکھا ہے جنت میں محل بے مثال رکھا ہے اے دشمن علی جنت کے دروازے پہ تو آمی سامنے تیرے لیے جوتا سنبھا رکھا ہے میں وعدہ کریں دا پیاں جنہ نعرہ مرے سی زواری کرے سی ہاتھ اچھے نعرہ ہے دری ساؤنڈ والے بھائی دکھا جی آواز پہنچا اللہ تیرے کاروبار برکت ہو جیری قسم آنکھوں میں چاڑ دینا جب تک کائنات راسی ہے ذکر راسی جی بولو تاں ہی راسی نہ بولو تاں ہی راسی موسم خراب ہوئے تاں ہی راسی موسم ٹھیک ہوئے تاں ہی راسی دھندوں میں تاں ہی راسی بولو یہ بارشوں میں تاں ہی راسی یہ تیرے میرا کمال ہے چپ جو کر گئے ہو یہ تب بھین بھیرا دی محنت بھین بھیرا دی بہت بڑی محنت ہے جب تک کائنات راسی یہ ذکر راسی چلو ٹھیک ہے جگ ہو سی دباؤں نہ ہو سی ذکر ہو سی تو سے ہو سو دباؤں نہ ہو سو ذکر ہو سی ہون نراز سے گیا ہے میرا خیال یہ ہی کیوں آکھا سی یہ واسے پہلے میں اپنا کہا کہ جگ ہو سی دباؤں نہ ہو سی ذکر آنکھو چاہ ہو سی تو سا ہو سو تے باؤں نہ ہو سو ذکر بولو ہو سی جیرا اللو دا پٹھا دا میں دھماکہ کر سا میں مجلسہ نہ ہوں آنے سار چاہو ایک کو دفعہ جیرا بندہ کے دھماکہ کر سا ذکر نہ ہو سی ہاتری بدنے ذکر نہ ہو سی میں آدھرہ نہ دھماکہ آلہ نہ ہو سی مجلس ہو سی جتے جتے مجلس ہو سی تے سلوات ہو سی کیا سچے سونی کر کے سلوات پڑھو میں پیارا قصیدہ پڑھا آو بابا آو بھین تے بھیرا دی محنت بھائی مولا دی قسم جا گیا دا کیا بات ہے ہاں جب تک کائنات راسی ذکر رس بے شک پورا پنڈال زندہ باد ہے بھائی سجاد زندہ باد ہے بھائی ندیم زندہ باد پورا پنڈال زندہ باد پورا مجمع دی زندگی ہوئے اللہ علیہ محمد تعالیٰ توفیقات اچھ اضافہ میں بسم اللہ کرم میرا دل چاہتا ہے پہلے پہلے قصیدہ سنا ماں جنت مالک حسین جی تو ساں جڑ گئے تھے میں دوجہ قصیدہ سنے سا مسوم قوم دا اچھا ہی میں مڈیاں دو تا من نو چاہ اے دیکھو سونے لگ دے بیٹھے میں بسم اللہ کرا ہی اکتا جتاں بیٹھے میں نا ہاتھی کھولو چاہ آل محمد دربار اے انج جھولی پلاو چاہ آج منگن دی رات ہے یار بہت بڑی مہربانی شکریہ جناب ٹھیک ہو گیا بڑی میرے ہی آخری بنو قصیدہ شروع جناب دے ذہنہ دے جتنی جتنی شان امام حسین علیہ السلام دی ہے اتنی باواز بلند سلوات بھی ہو سکتی کیا مہربانی بھائی اللہم صلی اللہ علیہ محمد جو ہے جہان سے اعلیٰ وہ گھر حسین کا ہے
بیٹے دی زندگی ہو صادق جی پورا مجمع زندہ باد تسا میرے نال تھی گئے چا تسا تھی سن تے میرے نال تھی سن میرا ویر میں ہنے تم سے ہاتھ کھلائیں تیرے او گھڑی والی سرکار ہاتھ بلند کر کے ایک دفعہ نعرہ حیدری شکریہ جو ہے جہاں سے اعلیٰ وہ گھر حسین کا ہے ہر ایک پاک لہو میں اثر بولو حسین کا ہے مان کے آلے تو بہت بڑا بانی بہت بڑا پیارا میرا ویر بھائی اشرف صاحب آؤ میں بسم اللہ کراں یہ بھی جنگ لالا کہیں کو پڑھا دا ڈاں آوے تے سلطان سلطان بنا رہے نہیں انہاں دی چوک تو پہلے معافی آئی تسی آ گئے ہو تو میرا دل چاہندا ہے میں امام حسین حسین علیہ السلام دی شان تے حسینیاں چ پڑھے تے جنگ حسین دی شان سن کے جنگ والے نہیں بلیندے وقت شیعہ نہیں بھی ہیں میں ستر پیش کرنے دا پہ کون حسین سر چوڑی کے میرے بدے سنا بھائی حسین کہا جہاں بچا زندہ باد گزار حسین کہا ہر ایک آنکھ میں پانی کا گھر حسین کہا جیرے جیرے شیعہ بیٹھے ہاتھ بلند کر کے سارا مجمع سارے بولو حسینیت حسینیت بولو یزیدیت اونچا بولو یزیدیت آل محمد دے قاتلاں تے لعنت شمر کمینے تے لعنت ابن ملجم کمینے تے لعنت میں لعنت کیوں کیتی ہے میں من کرنا چاہنا اگلی گل وڈی ہے آو جناب حوالے کرنا پیا سنا بھائی حسین چاہنا تو کتنے شیو جرے شیو ہاتھ کھڑا کرو جرے حسینیو الحمدللہ سارے شیو ہاتھ بلند کر کے سارا مجمع لبیک یا حسین لبیک میرا سونا اللہ میں کچھ دین دو پر بھائی سونا تھوڑا آواز کھول میں جڑ گئی سونا اللہ میں کچھ دین دو پر میں کرنا پرواز ملائکہ کو سنا وہ امام حسین ملائکہ میرے پاس دیکھ کے کہنا واہ جگ واہ ملائکہ کیا کہنا بولو یار دو چار مومن میں کو پوچھنا ہے بیٹھے حالانکہ میں فٹ ہوں ملائکہ کیا کہنا واہ جگ واہ اچھا چلو ٹھیک ہے جی تسا میرے پر بنو میں پرواز کرا مرزا صاحب کرا پرواز شاباش تو نارا تو نہیں مرا تو گن گیا میں مول میں کو ٹیک لے بھی قرآن دی قسم او سب چاہو اے جیدی تاری واہ واہ تے جیدی تاری دا دے تے جیدی تاری ہاتھ کھڑے نا اے میری ٹیک ان تے میرے پر رہے او میں آخری شیر جناب دھوالے کرے نا پیاؤں اللہ رے امام حسین اسلام دشان اللہ کے دا پیارا امام جنت مالک دیتے شیعانو میں شیر پیش کرے نا پیاؤں بدن بگے
जिंदाबाद। हाथ उच्चे 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 बोलो हायदरी बाबा जिंदाबाद। मैं नतीजा देना चाहना सुना भाई बदन बगैर जो बोले इमाम होता है नहीं हुसैन तो सजदा हराम होता है कोई न समझे गर रुतबा किधर हुसैन किधर हुसैन का है जो कट के भी नहीं झुकता वो सर हुसैन का है। ओ यार लबैक या हुसैन लबैक या हुसैन शाबाश मेरे बच्चे शाबाश मेरे बच्चे पूरा पिंडा भाई जी भाई जान गल सुनो गल सुनो। कम से मासूम बच्चों से दोस्ती कर लो। मैं क्या कह यार कम से मासूम बच्चों से दोस्ती कर लो। अरे यही वो लोग हैं जो बुक से अली नहीं रखते। हाय लाला मैं तेरे हुक्म को ना होता ना करें था लेकिन पिछले लोग मोमना बड़ी खुश किए तो सादे बीबी मसूम में कुम सुनवा मैं सुना दे सा लेकिन तुसी जानो ते ए पिंडा ए ए जरा हिस्सा ना ए मेरे ए तू जान ते ए जान नहीं मैं तेरे हुक्म दी तामील करें ना ते जल्दी वड़ी करें दा पिया सुनावा बीबी मसूम में कुम बोलो आज ना परसों तो कदना परसों यार बीबी मसूम है एक दफा बोलो कुम सुनावा। हो जन्नत इस शहर में गुम है दारैन कहे जो कम है जन्नत इस शहर में गुम है दारैन कहे। लाला क्या बात है लाला मैंने पता होता तो मैं पहले चपड़ा यार शाबाश। जो कम है जन्नत इस शहर में गुम है दारैन कहे जो कम है तेरी शान निराली ये अकल हुई गुम सुम है शाबाश झंग शाबाश झंग जिंदाबाद भाई जिंदाबाद। हाथ वाला नारा है दरी दूसरा नारा है दरी तीसरा नारा है दरी बोलो चौथा नारा है दरी अली वाले पंजवा नारा है दरी। अल्लाह सारों को जवार बनावे तुसा जना बीबी पाक दी जरी पाक ते वे सुना लाला खुदा दी कसम बीबी मसूम कुम दी जरी दे उते लिखा है करीम है अहले बैत। मैं तो पूरे पूरे पिंडाल खड़े की तो अगले गल्ला ते तोरे हाथ भी खड़े थी वंता मेरे बस एजाज दी बात है लाओ साथ चाओ कौन मसूम है कुम मैं सदर पेश करे ना पे सुना भाई इसके घर में आई है पाक हदीस के जाके इसके घर में शेर इमाम रजा के कादम के बेटे है हम शेर इमाम रजा के हाँ कादम के बेटे है हम शेर इमाम रजा के। ये घर ईमान का घर है यही कुरान का घर है ये घर ईमान का घर है यही कुरान का घर है कहते हैं दोनों आलम है का घर है कहते हैं दोनों आलम है यही इमरान का घर है ये अजमत में है सैयदा जैसी है तो समझो तो आलिया जैसी है। भाई क्या बात है यार क्या बात है यार क्या बात है यार शाबाश भाई शाबाश भाई शाबाश नबी अली 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 नब
ਇਹ ਤਾਂ ਕਰੇਂਦਾ ਰਿਹਾ ਤੂੰ ਕੁਛ ਇੱਕ ਕਸੀਦਾ ਮੈਂ ਪੜ੍ਹਨਾ ਹੁਣ ਤੁਸੀਂ ਆਖੋ ਜੋ ਅਸੀਂ ਸੁਣਨੇ ਹੁਣ ਤੇ ਸਲਵਾ ਵੀ ਪੜ੍ਹੋ ਹੁਣ ਹਾਂ ਮੇਰਾ ਅੱਲਾ ਸਾਕੂ ਕਿਹੜੇ ਪਿਆਰੇ ਜੇ ਇਮਾਮ ਦਿੱਤੇ ਨੀ ਬਾਰਾਂ ਇਮਾਮ ਚੌਦਾਂ ਮਾਸੂਮ ਬਾਰਾਂ ਦੇ ਬਾਰਾਂ ਸੈਦ ਬਾਰਾਂ ਦੇ ਬਾਰਾਂ ਮੁਹੰਮਦ ਬਾਰਾਂ ਦੇ ਬਾਰਾਂ ਅੱਲਾ ਦਾ ਬੋਲੋ ਬਈ ਬਾਰਾਂ ਦੇ ਬਾਰਾਂ ਅੱਲਾ ਦਾ ਨੂਰ ਕਿਆ ਖਿਆਲ ਹੈ ਜੀ ਹੈਂ ਸ਼ੁਕਰੀਆ ਅਦਾ ਕਰਨਾ ਚਾਹੀਦਾ ਨਾ ਬਸ ਸਾਕੂ ਜੋ ਅੱਲਾ ਆਲੇ ਮੁਹੰਮਦ ਨੇ ਏਡੇ ਪਿਆਰੇ ਜੇ ਇਮਾਮ ਦਿੱਤੇ ਇਹਦਾ ਮਤਲਬ ਹੈ ਮੈਂ ਅਗਲੀਆਂ ਗੱਲਾਂ ਕਰਾਂ ਚਾਹਨਾ ਬਈ ਬੋਲੋ ਕਰਾਂ ਕੱਲਾ ਤਾਂ ਨਾ ਛੁੜੇ ਸੋ ਪੱਕੀ ਗੱਲ ਹੈ ਹੋ ਪੀਰ ਅਸਾਂ ਗੈਰਾਂ ਨੂੰ ਬਣਾਉਣਾ ਕੋਈ ਨਹੀਂ ਦਰ ਖੰਮੀਆਂ ਦੇ ਜਾਣਾ ਮੋਗਾ ਹੀ ਹੈ ਮਜਲਿਸ ਗੱਲ ਫਜ਼ੈਲ ਤੇ ਨਹੀਂ ਮੁੱਕ ਜਿਹੜੀ ਸ਼ਾਮ ਚ ਟੁਰਾਂਦੀ ਏ ਭਿਰਾਂ ਨੂੰ ਰੋਵਣ ਮੈਂ ਦੋ ਚਾਰ ਦੁਆਵਾਂ ਮੰਗੇ ਨਾ ਇੱਕ ਵੈਨ ਪੜਦਾ ਮੈਂਬਰ ਭਾਈ ਦੇ ਹਵਾਲੇ ਕਰੇ ਨਾ ਮੈਂ ਬਿਸਮਿਲ੍ਲਾ ਕਰਾਂ ਜ਼ਿੰਦਗੀ ਹੋਵੇ ਮੋਮਨੀ ਦੀ ਮੇਰਾ ਅੱਲਾ ਵੱਡੀ ਰਾਤ ਮੈਂ ਪਹਿਲੀ ਪਹਿਲੀ ਦੁਆ ਮੰਗਦਾ ਪਿਆ ਕਬੂਲ ਫਰਮਾਵੇ ਮੇਰਾ ਲਾਓ ਸ਼ਲਾ ਕਹਿੰਦੀਆਂ ਦੀਆਂ ਦੁਖੀ ਨਾ ਹੋ ਠੀਕ ਹੈ ਚਲੋ ਰੋਵਣ ਆਵੇ ਏਡੀ ਵਾਰੀ ਦੁਆ ਜੋ ਹੈ ਆਮੀਨ ਤਾਂ ਆਖ ਸਕਦੇ ਹੋ ਨੀ ਦੂਜੀ ਦੁਆ ਮੰਗਦਾ ਪਿਆ ਮੇਰਾ ਲਾਓ ਸ਼ਲਾ ਕਹਿੰਦੀਆਂ ਦੀਆਂ ਉਜੜ ਕੇ ਪੇਕਾਂ ਦੇ ਬੂਹੇ ਤੇ ਨਾ ਅਲਹਮਦੁਲਿਲਾ ਬੜੀ ਰੂਹਾਨੀਅਤ ਹੈ ਮੈਂ ਇੱਕ ਜਗ੍ਹਾ 'ਤੇ ਇਹ ਦੁਆ ਮੰਗੀਏ ਇੱਕ ਮੋਮਿੰਟ ਮਾਤਮ ਕਰਕੇ ਦੇ ਨਾਹੀਦ ਭਾਈ ਜੇ ਧੀਆਂ ਉੱਜੜ ਕੇ ਪੇਕਾਂ ਦੇ ਬੂਹੇ 'ਤੇ ਆ ਹੀ ਵੰਨੇ ਨਾ ਦੁਆ ਮੰਗੀ ਕਰ ਸ਼ਾਲਾ ਪੇਕੇ ਵਸਦੇ ਹੋ ਸ਼ਾਬਾਸ਼ ਸ਼ਾਬਾਸ਼ ਮੈਂ ਕਰੀਬ ਆ ਗਿਆ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਮੈਂ ਜਲਦੀ ਕਰੇਂਦਾ ਪੀਆਂ ਕਿਉਂਕਿ ਤੁਹਾਨੂੰ ਇਸ ਵਕਤ ਇੱਕ ਜਨਾਜ਼ੇ ਦੀ ਇੰਤਜ਼ਾਰ ਹੈ ਕੀ ਖਿਆਲ ਹੈ ਪਰ ਜਵਾਨਾਂ ਦੇ ਜਨਾਜ਼ੇ ਹੋਵਣ ਤਾਂ ਦੇਰ ਹੋ ਹੀ ਵੇਂਦੀ ਰਹਿੰਦੀ ਹੈ ਕਿਵੇਂ ਬਾਈ ਕਿਵਲੇ ਭੈਣ ਜਨਾਜ਼ੇ ਤੇ ਜਾਣ ਪਾਉਂਦੀ ਹੈ ਕਿਵਲੇ ਮਾਂ ਨਹੀਂ ਚਾਵਣ ਦੀ ਬੋਲੋ ਬਾਈ ਤੋ ਕਿਸ ਵਕਤ ਜਨਾਜ਼ੇ ਦੀ ਇੰਤਜ਼ਾਰ ਹੈ ਕੁਰਾਨ ਦੀ ਕਸਮ ਚਾਹ ਕਿਆ ਤਾਂ ਪੀਆਂ ਅੱਜ ਵਾਲਾ ਡੀਂਹ ਔਰ ਰਾਤ ਕੋਈ ਡਾਵੀਂ ਦੇ ਡੀਂਹ ਤੇ ਰਾਤ ਤੋਂ ਘੱਟ ਕੋਈ ਨਹੀਂ ਯਾਰ ਮੈਂ ਇੱਕ ਦੁਆ ਮੰਗਦਾ ਮੈਂ ਕੋ ਆਮੀਨ ਵੀ ਚਾਹੀਦੀ ਹੈ ਤੇ ਹੈ ਵੀ ਚਾਹੀਦੀ ਹੈ ਆਖਰੀ ਦੁਆ ਮੇਰਾ ਅੱਲਾ ਹੁਸੈਨ ਦਾ ਲਾ ਕੇਰਾਂ ਅੱਜ ਵੱਡੀ ਰਾਤ ਆਖਰੀ ਦੁਆ ਮੰਗਦਾ ਪਿਆ ਮੇਰਾ ਅੱਲਾ ਸ਼ਾਲਾ ਛੋਟੇ ਬਾਲਾਂ ਦੀਆਂ ਮਾਵਾਂ ਨਾ ਮਰੇ ਕਸਮ ਕੁਰਾਨ ਦੀ ਛੋਟੇ ਬਾਲਾਂ ਦੀਆਂ ਮਾਵਾਂ ਮਰ ਵਣ ਤਾਂ ਛੋਟੀ ਛੋਟੀ ਔਲਾਦ ਰੁਲ ਵੈਂਦੀ ਏ ਮਿਰਜ਼ਾ ਸਾਹਿਬ ਮੈਂ ਬੜਾ ਡਰਦਾ ਖਲੋਤਾ ਜਿਹੜਾ ਸਾਬਰ ਅਗਲਾ ਵਹਿਣ ਹੈ ਰੱਬ ਜਾਣੇ ਲਿਖਣ ਵਾਲਾ ਕੌਣ ਹੈ ਸ਼ਹਿਰ ਮੈਂ ਢੁੰਡੇ ਨਾ ਵਧਾ ਮੇਰੇ ਕੋਲ ਲੱਭਾ ਕੋਈ ਨਹੀਂ ਅਗਰ ਹਾਏ ਕਰੋ ਤਾਂ ਬੰਦ ਮੋਹਰ ਵਾਲਾ ਸੁਣਵੇ ਨਾ ਲਿਖਣ ਵਾਲਾ ਦੇ ਥੀਆ ਜ਼ਖਮੀ ਜਿਗਾ ਔਰ ਮੁਹੰਮਦ ਦਾ ਕਤਲ ਖਦੀਜਾ ਥਈਏ ਓਏ ਦਰਵਾਜ਼ੇ ਹੇਠ ਬਤੂਲ ਜੜਾ ਬਹੁ ਦੇਰ ਤੜਫਦੀ ਹੌਸਲਾ ਹੋ ਅੱਲਾ ਮਾਨ ਆਦਿ ਅਰਮਾਨ ਕੋਈ ਮੇਰਾ ਫਿਰਾ ਯਾਰ ਏਡੇ ਰੋਂਦੇ ਹੋ ਯਾਰ ਮੈਂ ਤਾਂ ਸਮਝਿਆ ਸ਼ਾਇਦ ਮੋਮੈਂਟ ਨਾ ਰੋ ਸਨ ਕਮਾਲ ਦੀ ਮਜਲਿਸ ਹੋ ਗਈ ਏਡਾ ਮਾਹ ਰਮਜ਼ਾਨ ਕੋ ਸ਼ਾਇਦਾਂ ਦੇ ਇੱਕ ਵੱਡਾ ਕਜ਼ੀਆ ਹੋਇਆ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਮੁਰਸ਼ਿਦਾਦੀਆਂ ਤੁਸਾਂ ਮੁਕਾਨ ਡਿਵਣੀ ਇੱਕ ਤਾਂ ਮਸੂਮ ਹੈ ਕੁੰਮ ਨੂੰ ਤੇ ਬੀਆ ਬੇਬੀ ਬਤੋਲ ਨੂੰ ਮਸੂਮ ਹੈ ਕੁੰਮ ਨੂੰ ਮੌਲਾ ਰਜ਼ਾ ਦੀ ਬੋਲੋ ਬੀਬੀ ਬਤੂਲ ਨੂੰ ਬੀਬੀ ਖਦੀਜਾ ਦੀ
10 ماہ رمضان نو بی بی بتول دی پاک اماں ٹری ہے ایک دفعہ زیادہ سے زیادہ 5 منٹ ایتھے منبر چھوڑنا ہے لمبا مصاحبہ سارا پیر دی خاطر چھوڑنا چاہنا ایتھے ہے بی بی خدیجہ ہائے میں صدقے ونا آخری ٹائم نبی کول ہے خدیجہ تیرا دین اسلام تے بڑا خرچ ہویا بڑا مہر والا وین وی جن میں پڑھنا ہے اج ہے تیرا چھیکڑی ٹائم میرے ڈیک میں نبی اندر سلطان نبی ہاں اج میں محمد آکھنا چاہنا تو کچھ مانگ میں تے کڈے ماں اللہ تیری اندیاں دے پردے سلامت کرے قران دی قسم جنا نبی آکھے نہ مانگ میں تے کڈے ماں اگے سوتی پئی ہے اٹھی بیٹھی ہے انج ہات بات کے ا دی جے میں منگا تے میں کو خالی نہ ولے فرمایا میں جو ادب پی مانگ تے میں تے کڈے ماں فرمایا میں منگ دیاں نبی دی آواز اندے کیا منگ دی کفن آ دی نہ قبر دے جا آدے تو ساں کرے جنازے چویں دے ڈٹھن جے نہیں ڈٹھے تے انہیں جنازہ دے گنا اے جیویں جنازے چویں جنہ اپنے اپنے جوان دے جنازہ دے کے تے ہائے کرے نن اگر ہو سکے اتنی ہائے کرو بیبیاں تک تورا آواز پہنچ پوے تو میں 2-4 منٹ دا وائن سناوا جدا نبی اکھ مانگ بیبیاں دے کفن نہ مانگ دی قبر دے جائے نہ مانگ دی نبی دی آواز آن دے تے مانگ دی کیا ہیں اے انج حد بد کیا دی میں ہور تا کچھ نہیں ایو کچھ منگ دیاں ہو کیتی وصیت روکے خدیجہ زہرا دا بابا میری دھی نہ روے اللہ بلا کری یار تیرا ٹورا ہے قبول ہوئے یار یار تیری پریشانیاں دور ہوئے خار خار رومن رومن اللہ مان اللہ مان اللہ مان اچھا اللہ کھدا با بسم اللہ کرام بی بی آدھے میں مگ دیا کی تی وصیت روکے خدید زہرا دا بابا اکمل بھائی ہائے کی تی وصیت روکے خدید زہرا دا بابا میری دینا روے بی اکر دی پہیا بس نال میں مر ونیا ناہی دوا جگ جھنگا لیو تے اگلا وین میں نہ پڑھا انج بی بی ہاتھ ودن روکیا اللہ دا نبی میں بچ دی کوئی نہ کی کرمان ہے جرا میں کو کھا دی ویندا ہے جے ہے نہ کیتی میں شیا نہ سرے جا فرمایا خدیجہ کیرا ارمان ہے رو کے ا دیے ارمان تائی اے کوئی پتر ہوندا نہ فکر ہوندی اوے میری ہک دی میں تو ہر سر دا ماتم سر دا پرسا بھائی کھڑ کھال یا سیدا اچھا بابا اچھا بابا میں بسم اللہ کر رو کے دے ارمان یو اے کوئی پتر ہو جانا فکر ہندی مجھے کدیے میں تو ہروں دے بیا کچھ نہ مگ دی بس ٹور دا ویلے بیا کچھ نہ مگ دی بس ٹور دا ویلے میرا دل آتا میری دینا روے کیتی وصیت ہک کمنٹ پڑھنا میم ہک کمنٹ تے اوکھا وین اے پانچ مومن بولو تکوا سب بی بتول دے زخم دا اچا بولی بی بی کیا کھا میری دھی نہ روے سارے کو دھی جیرے نوے بولے نہیں رونی بسم اللہ کرام جنہ نبی اللہ سلطان نبی نبی بی نیا کھا میری دھی نہ رو اللہ دے نبی دی آواز نے خدیجہ میں نبیاں میں تیرے نال وعدہ کریں نبیاں میری زندگی چ تیری بتول نہ روزی رو کے دی ہیں اللہ دا رسول تے کیا تہاڈے ٹر ونے دے بعد رونا سی فرمائے میں نبیاں میں آون والے دن تو واقف ہاں انج ہاتھ بات کہہ دے جے آون والے دن تو سالاں تو واقف ہونا ایک مہربانی تے کرو میں کو آون والے دی بتول دے دکھیں دے ہکو وین تے ممبر چھڑے دا پیاں حضور پاک نے دو انگلیاں دراز کیتے تے بی بی خدیجہ لٹے اچھی رنی ہے رو کیا دے اللہ دا نبی اپنی نبوہ دا واسے میں نوڑے ساتھ سے اے کہہ دے ممبر دا میں نے جائے اتے کہہ دے اے دربار دا سکان پر دادا ہائے کہہ
मैंने